ਛੋਕਰਾਂ ਚੋਂ ਠੋਸ ਇਰਾਦੇ ਨੇ ਜਨਮ ਲੈਂਦੇ ਸੌ ਵਾਰ ਤੈਨੂੰ ਕਿਹਾ ਹੈ ਹੋਗਾ ਨਹੀਂ ਭਰੀਦਾ ਅਗਰ ਕੋਸ਼ਿਸ਼ ਕਰੀਏ ਹਿੰਮਤ ਕਰੀਏ ਸੁਚੇਤ ਯਤਨ ਕਰੀਏ ਤਾਂ ਬਦਤਰ ਹਾਲਾਤਾਂ ਦੇ ਵਿੱਚੋਂ ਵੀ ਕੁਝ ਬਿਹਤਰ ਟੋਲਿਆ ਭਾਲਿਆ ਲੱਭਿਆ ਤੇ ਪੈਦਾ ਕੀਤਾ ਜਾ ਸਕਦਾ ਹੈ ਸਿੱਧੀ ਸਿੱਧੀ ਗੱਲ ਕਰਾਂ ਤੇ ਕੰਮ ਦੇ ਨੁਕਤੇ ਤੇ ਆਵਾਂ ਤਾਂ ਅੱਜ ਦੀ ਆਪਣੀ ਇਸ ਵਿਸ਼ੇਸ਼ ਵੀਡੀਓ ਦੇ ਵਿੱਚ ਅੱਪਾ ਗੱਲ ਕਰਨ ਜਾ ਰਹੀ ਹਾਂ ਅੱਜ ਕੱਲ ਜਿਵੇਂ ਕਿ ਕੋਵਿਡ-19 ਦੇ ਮਾਹੌਲ ਕਰਕੇ ਰੋਜ਼ਗਾਰ ਬਹੁਤ ਘਟ ਗਿਆ ਹੈ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ ਵਿਲੇ ਹਨ ਸਹੀ ਰੋਜ਼ਗਾਰ ਦੀ ਭਾਲ ਦੇ ਵਿੱਚ ਆਮਦਨੀ ਦਾ ਕੁਛ ਹੱਥ ਪੱਲਾ ਮਾਰਿਆ ਵੀ ਵਸੀਲਾ ਨਹੀਂ ਲੱਭ ਰਿਹਾ ਕੀ ਕਰ ਸਕਦੇ ਆ ਸਾਡੇ ਨੌਜਵਾਨ ਇੱਥੋਂ ਤੱਕ ਕਿ ਘਰ ਬੈਠਿਆਂ ਬੈਠਿਆਂ ਹੀ ਥੋੜਾ ਜਿਹਾ ਦਿਮਾਗ ਲੜਾ ਕੇ ਕੁਝ ਕੋਸ਼ਿਸ਼ ਕਰਕੇ ਬਹੁਤ ਕੁਝ ਨਵਾਂ ਵਧੀਆ ਵਿਲੱਖਣ ਤੇ ਕੰਮ ਦਾ ਕੀਤਾ ਜਾ ਸਕਦਾ ਹੈ YouTube ਚੈਨਲ ਲਵਸਾਂ ਦੀ ਦੁਨੀਆ ਤੁਹਾਡੇ ਨਾਲ ਹੈ ਉਸ ਵੱਲੋਂ ਹੀ ਇਹ ਪੇਸ਼ਕਸ਼ ਹੈ ਜਿਹਦੇ ਵਿੱਚ ਮੈਂ ਦੱਸੂਗੀ ਕਿ ਹੁਣ ਜਿਵੇਂ ਕਿ ਲੋਕਡਾਊਨ ਵਰਗਾ ਮਾਹੌਲ ਚੱਲ ਰਿਹਾ ਹੈ ਤਾਂ ਖਾਸ ਕਰਕੇ ਉਹ ਲੋਕ ਜਿਹੜੇ ਕਿ ਰੋਜ਼ਗਾਰ ਦੀ ਭਾਲ ਵਿੱਚ ਹਨ ਜਾਂ ਉਹ ਜਿਨ੍ਹਾਂ ਨੂੰ ਮਿਲਿਆ ਰੋਜ਼ਗਾਰ ਕਿਸੇ ਕਾਰਨ ਵੱਸ ਛੁੱਟ ਗਿਆ ਹੈ ਉਹ ਇਹ ਵੀਡੀਓ ਜ਼ਰੂਰ ਵੇਖਣ ਨਿਰਾਸ਼ ਨਹੀਂ ਹੋਣਾ ਤੇ ਕੋਸ਼ਿਸ਼ ਕਰਨ ਇਸ ਨੂੰ ਵੇਖਣਾ ਵੀ ਹੈ ਅਜ਼ਮਾਉਣਾ ਵੀ ਹੈ ਤੇ ਸ਼ੇਅਰ ਵੀ ਜ਼ਰੂਰ ਕਰਨਾ ਜੇ ਤੁਹਾਨੂੰ ਕੰਮ ਦੀ ਗੱਲ ਲੱਗੇ ਤੋ ਅਓ ਗੱਲ ਕਰਦੇ ਆ ਰੋਜ਼ਗਾਰ ਦੇ ਉਹਨਾਂ ਮੌਕਿਆਂ ਦੀ ਜਾਂ ਆਪਣਾ ਸਵੈ ਰੋਜ਼ਗਾਰ ਲੱਭਣ ਦੀ ਕਿਵੇਂ ਨਾ ਕਿਵੇਂ ਅਸੀਂ ਘਰ ਬੈਠੇ ਹੀ ਕਮਾਈ ਕਰ ਸਕਦੇ ਹਾਂ ਇਹਦੇ ਨਾਲ ਜਿੱਥੇ ਅਸੀਂ ਮਾਨਸਿਕ ਤੌਰ ਤੇ ਠੀਕ ਰਹਾਂਗੇ ਉਥੇ ਆਪਣਾ ਖਰਚਾ ਵੀ ਕੱਢ ਸਕਦੇ ਹਾਂ ਤੇ ਨਾਲ ਨਾਲ ਆਪਣੇ ਪਰਿਵਾਰ ਨੂੰ ਵੀ ਸਹਾਰਾ ਦੇ ਸਕਦੇ ਹਾਂ ਤਾਂ ਨੋਟ ਕਰੋ ਜੀ ਅਜਿਹਾ ਕਿਹੜਾ ਫਾਰਮੂਲਾ ਹੈ ਸਭ ਤੋਂ ਪਹਿਲਾ ਟਿਪ ਹੈ ਸਾਡਾ ਸਭ ਤੋਂ ਪਹਿਲਾ ਨੁਕਤਾ ਵੇਖੋ ਉਹ ਹੈ ਕਿ ਤੁਸੀਂ ਘਰ ਬੈਠੇ ਹੀ ਕੋਈ ਬਾਗਬਾਨੀ ਕਰਕੇ ਫੁੱਲਾਂ ਦੀ ਪੌਦਿਆਂ ਦੀ ਨਵੀਂ ਪਨੀਰੀ ਪੈਦਾ ਕਰਕੇ ਉਸ ਨੂੰ ਨੇੜੇ ਕਿਤੇ ਵੀ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਕਿਸੇ ਹਸਪਤਾਲ ਕਿਸੇ ਸੰਸਥਾ ਕਿਸੇ ਘਰ ਵਿੱਚ ਸਪਲਾਈ ਕਰ ਸਕਦੇ ਹੋ ਵੇਚ ਸਕਦੇ ਹੋ ਤੇ ਕਮਾ ਸਕਦੇ ਹੋ ਘਰ ਬੈਠੇ ਹੀ ਪੈਸੇ ਨਾਲ ਹੀ ਨਾਲ ਇਸ ਵਿੱਚ ਇੱਕ ਹੋਰ ਮੌਕਾ ਹੈ ਜੇ ਤੁਸੀਂ ਬੇਕਾਰ ਜਿਹੇ ਪਲਾਸਟਿਕ ਦੀਆਂ ਬੋਟਲਸ ਪਈਆਂ ਹੁੰਦੀਆਂ ਉਹਨਾਂ ਬੋਤਲਾਂ ਦੇ ਵਿੱਚ ਕੁਝ ਪੌਦੇ ਉਗਾ ਲੈ ਤਾਂ ਬੈਸਟ ਆਊਟ ਆਫ ਵੇਸਟ ਐਨਵਾਇਰਨਮੈਂਟ ਸੇਵਰ ਵੀ ਆ ਤੇ ਬਹੁਤ ਸਾਰੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਪ੍ਰੈਕਟੀਕਲ ਲਈ ਵੀ ਜ਼ਰੂਰਤ ਹੁੰਦੀ ਹੈ ਸੋ ਇਹ ਕੰਮ ਬਹੁਤ ਲਾਹੇਵੰਦ ਹੋਏਗਾ ਦੂਸਰਾ ਟਿਪ ਉਹ ਹੈ ਟਿਫਨ ਸਿਸਟਮ ਬਹੁਤ ਸਾਰੇ ਲੋਕ ਜਿਹੜੇ ਕੋਈ ਰੈਸਟੋਰੈਂਟਸ ਵਿੱਚ ਜਾ ਕੇ ਖਾਣਾ ਲੈਂਦੇ ਸੀ ਜਾਂ ਜਿਨ੍ਹਾਂ ਦੇ ਘਰ ਵਿੱਚ ਕੋਈ ਬਵਰਚੀ ਕੋਈ ਖਾਣਾ ਬਣਾਉਣ ਵਾਸਤੇ ਸੇਵਕ ਆਉਂਦਾ ਸੀ ਤਾਂ ਉਹ ਹੁਣ ਉਸ ਕੰਮ ਤੋਂ ਛੁੱਟੀ ਹੋ ਜਾਣ ਕਰਕੇ ਆਪਣਾ ਖਾਣਾ ਆਪ ਵੀ ਨਹੀਂ ਬਣਾ ਸਕਦੇ ਉਹਨਾਂ ਉਹਨਾਂ ਕੋਲ ਸਮਾਂ ਨਹੀਂ ਹੈ ਤੇ ਕਿਤੋਂ ਹੋਰ ਅਰੇਂਜ ਨਹੀਂ ਕਰ ਸਕਦੇ ਸੋ ਤੁਸੀਂ ਆਪਣੇ ਘਰ ਕੁਝ ਖਾਸ ਨਹੀਂ ਕਰਨਾ ਆਪਣਾ ਮੋਬਾਈਲ ਫੋਨ ਲੈ ਕੇ ਉੱਥੋਂ ਤੁਸੀਂ YouTube 'ਤੇ ਸਰਚ ਕਰ ਸਕਦੇ ਹੋ ਖਾਣੇ ਦੇ ਵਧੀਆ-ਵਧੀਆ ਜਿਹੜੇ ਜ਼ਾਇਕੇ ਦੇ ਪਕਵਾਨ ਆ ਉਹ ਸਭ ਕੁਝ ਦੇਖ ਸਕਦੇ ਹੋ ਸਿੱਖ ਸਕਦੇ ਹੋ ਤੇ ਜੇ ਪਹਿਲਾਂ ਤੋਂ ਹੀ ਆਉਂਦਾ ਤਾਂ ਹੋਰ ਵੀ ਵਧੀਆ ਸੋ ਤੁਸੀਂ ਖਾਣਾ ਬਣਾਉਣਾ ਸਿੱਖੋ ਤਾਂ ਉਸ ਖਾਣੇ ਨੂੰ ਟਿਫਨ 'ਚ ਬੰਦ ਕਰਕੇ ਅਜਿਹੇ ਥਾਵਾਂ ਤੇ ਉਹਨਾਂ ਲੋਕਾਂ ਨੂੰ ਸਪਲਾਈ ਕਰੋ ਜਿੱਥੇ ਉਹਨਾਂ ਨੂੰ ਟਿਫਨ ਦੀ ਜ਼ਰੂਰਤ ਹੈ ਸੋ ਇਹਦੇ ਵਿੱਚ ਕਿਸੇ ਬੈਂਕ ਦੇ ਵਿੱਚ ਕਿਸੇ ਕੰਪਨੀ ਦੇ ਮੁਲਾਜ਼ਮ ਜਿੱਥੇ ਕਿਤੇ ਵੀ ਕੰਮ ਕਰਦੇ ਨੇ ਜਿਨ੍ਹਾਂ ਨੂੰ ਜ਼ਰੂਰਤ ਹੈ ਤੁਸੀਂ ਉੱਥੇ ਉਹਨਾਂ ਦੀ ਖਾਣੇ ਦੀ ਲੋੜ ਪੂਰੀ ਕਰ ਸਕਦੇ ਹੋ ਡੇਲੀ ਉਹ ਵੀ ਤਾਂ ਤੁਹਾਂ ਕਲੈਕਟ ਕਰ ਸਕਦੇ ਆ ਜਾਂ ਤੁਸੀਂ ਦੇ ਸਕਦੇ ਹੋ ਪਿਛਲੀ ਵਾਰ ਵਿੱਚ ਜਦੋਂ ਲੋਕਡਾਊਨ ਹੋਇਆ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਘਰੋਂ ਖਾਣਾ ਬਣਾ ਬਣਾ ਕੇ ਭੇਜਿਆ ਸੇਵਾ ਕੀਤੀ ਮਰੀਜ਼ਾਂ ਦੀ ਤੇ ਜੋ ਆਪਣਾ ਘਰ-ਬਾਰ ਛੱਡ ਚੁੱਕੇ ਸੀ ਸੋ ਉਹ ਸੇਵਾ ਉਸੇ ਤਰ੍ਹਾਂ ਹੀ ਜਾਰੀ ਰੱਖਣੀ ਹੈ ਕਿਉਂਕਿ ਅਸੀਂ ਸਵਾਰਥੀ ਨਹੀਂ ਬਣਨਾ ਅਸੀਂ ਤਾਂ ਸੇਵਾਰਥੀ ਬਣਨਾ ਸੇਵਾ ਤਾਂ ਕਰਨੀ ਆ ਪਰ ਨਾਲ-ਨਾਲ ਆਪਣਾ ਖਰਚਾ ਕੱਢਣ ਲਈ ਘਰ ਪਰਿਵਾਰ ਦਾ ਸਹਾਰਾ ਬਣਨ ਦੇ ਲਈ ਅਸੀਂ ਉਹਨਾਂ ਲੋਕਾਂ ਨੂੰ ਉਹਨਾਂ ਮੁਲਾਜ਼ਮਾਂ ਨੂੰ ਉਹਨਾਂ ਕਰਮਚਾਰੀਆਂ ਨੂੰ ਜ਼ਰੂਰ ਇਹ ਖਾਣਾ ਉਪਲਬਧ ਕਰਾ ਸਕਦੇ ਆ ਜਿਨ੍ਹਾਂ ਨੂੰ ਕੀ দরকার ਹੈ ਤੀਸਰਾ ਨੁਕਤਾ ਹੈ ਜੀ ਬੈਸਟ ਆਊਟ ਆਫ ਵੇਸਟ ਇੰਨਾ ਕੁਝ ਤਿਆਰ ਕਰ ਸਕਦੇ ਹੋ ਜਾਂ ਛੋਟੇ ਮੋਟੇ ਸਸਤੇ ਸਮਾਨ ਤੋਂ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਆਹ ਹੈਗਾ ਜੀ ਇੱਕ ਟਿਸ਼ੂ ਪੇਪਰ ਦਾ ਰੋਲ ਇਹਦੇ ਤੋਂ ਬੜੇ ਸੋਹਣੇ ਸੋਹਣੇ ਫੁੱਲ ਬਣਾ ਕੇ ਉਹਨਾਂ ਨੂੰ ਵੇਚ ਸਕਦੇ ਹੋ ਇਸੇ ਤਰ੍ਹਾਂ ਅੱਜਕਲ ਮਾਸਕ ਹੈ ਜਿਹੜੇ ਉਹਨਾਂ ਨੂੰ ਅਸੀਂ 20 20 ਰੁਪਏ ਲਾ ਕੇ ਖਰੀਦਦੇ ਹਾਂ 50 50 ਰੁਪਏ ਲਾ ਕੇ ਖਰੀਦਦੇ ਹਾਂ ਤੇ ਇਹ ਜਿਹੜੇ ਮੈਂ ਤੁਹਾਨੂੰ ਮਾਸਕ ਦਿਖਾਉਣੀ ਆ ਇਹ ਘਰ ਬਣਾਏ ਗਏ ਆ ਸੋ ਜਿੱਥੇ ਤੁਸੀਂ ਆਪਣੇ ਘਰ ਲਈ 마스크 ਤੇ ਪੈਸੇ ਲਾਉਣ ਤੋਂ ਬਚੋਗੇ ਤਾਂ ਉੱਥੇ ਕਿਸੇ ਹੋਰ ਨੂੰ ਵੀ ਇਹ ਸਪਲਾਈ ਕਰ ਸਕਦੇ ਹੋ ਇਸ ਤਰ੍ਹਾਂ ਦੇ 마스크 ਬਣਾਏ ਜਾ ਸਕਦੇ ਆ ਤੇ ਜਿਵੇਂ ਆ ਦੇਖੋ ਰੀਬਨ ਵੱਖ-ਵੱਖ ਰੰਗਾਂ ਦੇ ਰੀਬਨ ਲੈ ਕੇ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਤੋਂ ਬੈਚ ਬਣਾ ਸਕਦੇ ਹੋ ਇੱਕ ਬੈਚ ਦੀ ਕੀਮਤ ਮਾਰਕੀਟ ਵਿੱਚ 25-30 ਰੁਪਏ ਆ ਤੇ ਤੁਸੀਂ ਉਹ ਘਰੇ ਬਣਾ ਕੇ ਕਿਤੇ ਵੀ ਸੇਲ ਕਰ ਸਕਦੇ ਹੋ ਇਸ ਤਰ੍ਹਾਂ ਨਾਲ ਨਵੀਆਂ-ਨਵੀਆਂ ਚੀਜ਼ਾਂ ਨੂੰ ਲੱਭਣਾ ਜ਼ਰੂਰੀ ਹੈ ਫੋਨ ਦੇ ਵਿੱਚ ਵੀਡੀਓ ਕਿੱਦਾਂ ਬਣਾਉਣੀ ਆ ਵੀਡੀਓ ਸੈੱਟ ਕਿਵੇਂ ਕਰਨੀ ਆ ਅੱਜਕਲ ਸਕੂਲਾਂ ਦੇ ਵਿੱਚ ਈ ਪ੍ਰੋਸਪੈਕਟਸ ਬਣ ਰਹੇ ਨੇ ਵੀਡੀਓ ਐਡੀਟਿੰਗ ਦੀ ਜ਼ਰੂਰਤ ਹੈ ਸਮਾਰਟ ਸਕੂਲਾਂ ਜਾਂ ਹੋਰ ਕਿਤੇ ਵੀ ਤਾਂ ਤੁਸੀਂ ਉਸ ਨੂੰ ਜਿਹੜੇ ਘਰਾਂ 'ਚ ਫੰਕਸ਼ਨ ਹੁੰਦੇ ਆ ਅੱਜਕਲ ਵਿਆਹਾਂ ਦੇ ਫੰਕਸ਼ਨ ਘਰਾਂ 'ਚ ਹੁੰਦੇ ਆ ਉਹ ਵੀਡੀਓ ਬਣਾਉਣੀ ਜਾਂ ਮਿਲੀਆਂ ਹੋਈਆਂ ਫੋਟੋਆਂ ਨੂੰ ਐਲਬਮ ਦੇ ਰੂਪ 'ਚ ਐਡਿਟ ਕਰਨਾ ਵੀਡੀਓ ਐਡਿਟ ਕਰਨੀ ਘਰੇ ਬੈਠੇ ਬਿਠਾਈ ਪਹਿਲਾਂ ਸਿੱਖ ਲਓ ਤੇ ਫਿਰ ਉਸ ਨੂੰ ਅਪਲਾਈ ਕਰੋ ਮੋਬਾਈਲ ਰਿਪੇਅਰ ਕਰ ਸਕਦੇ ਹੋ ਇਹ ਸਭ ਰੋਜ਼ਗਾਰ ਘਰੇ ਬੈਠਿਆਂ ਕਰਨ ਵਾਲੇ ਨੇ ਇਹਨਾਂ ਤੋਂ ਬਿਨਾ ਟਾਈਪਿੰਗ ਦਾ ਕੰਮ ਆ ਕੋਈ ਕੰਪਿਊਟਰ ਟਾਈਪ ਕਰਨਾ ਮੋਬਾਈਲ ਤੇ ਕੋਈ ਪੈਂਫਲਟ ਇਸ਼ਤਿਹਾਰ ਟਾਈਪ ਕਰਨੇ ਆ ਫੋਟੋਕਾਪੀ ਦਾ ਕੰਮ ਕਰਨਾ ਇਹ ਬਹੁਤ ਜ਼ਿਆਦਾ ਵਧੀਆ ਚੱਲ ਵੀ ਰਿਹਾ ਅੱਜਕੱਲ ਤੇ ਇਸ ਵੱਲ ਹੋਰ ਧਿਆਨ ਦਿੱਤਾ ਜਾ ਸਕਦਾ ਸਿਕਿਉਰਿਟੀ ਗਾਰਡ ਲੋਕ ਹੁਣ ਘਰਾਂ ਦੇ ਵਿੱਚ ਵੀ ਰੱਖਣ ਲੱਗ ਪਏ ਨੇ ਸੋ ਕਿਸੇ ਸੰਸਥਾ ਜਾਂ ਘਰ ਵਿੱਚ ਸੁਰੱਖਿਆ ਦੇ ਲਈ ਡਿਊਟੀ ਕੀਤੀ ਜਾ ਸਕਦੀ ਆ ਬਿਊਟੀ ਟਿਪਸ ਦੇਖੀਏ ਤਾਂ ਸੈਲੂਨ ਦਾ ਕੰਮ हेयर ਕਟਰ ਦਾ हेयर ਡ್ರೆਸਰ ਦਾ ਇਹ ਕੰਮ ਹੋ ਸਕਦਾ ਲੜਕੇ ਤੇ ਲੜਕੀਆਂ ਦੋਵਾਂ ਲਈ ਇਸੇ ਤਰ੍ਹਾਂ ਕਿਸੇ ਕਾਲ ਸੈਂਟਰ ਵਿੱਚ ਨੌਕਰੀ ਕੀਤੀ ਜਾ ਸਕਦੀ ਆ ਕਰੋਨਾ ਨਾਲ ਸੰਬੰਧਿਤ ਜਗ੍ਹਾ-ਜਗ੍ਹਾ ਤੇ ਕੁਝ ਬੂਥ ਬਣਾਏ ਗਏ ਆ ਉੱਥੇ ਕਾਲ ਆਪਰੇਟ ਹੋ ਸਕਦੀ ਆ ਇਹ ਕਾਰਜ ਵੀ ਕਾਫੀ ਚਰਚਾ ਦੇ ਵਿੱਚ ਹੈ ਕੈਮਰਾਮੈਨ ਬਚੋ ਕਿਸੇ ਵੀ ਇਵੈਂਟ ਦੀ ਸ਼ੂਟਿੰਗ ਕੀਤੀ ਜਾ ਸਕਦੀ ਹੈ ਤੇ ਵੀਡੀਓ ਫੋਟੋ ਐਡੀਟਰ ਦਾ ਕੰਮ ਵੀ ਹੋ ਸਕਦਾ ਮਿਕਸਰ ਦਾ ਕੰਮ ਹੋ ਸਕਦਾ ਸਲਾਈ ਕੜਾਈ ਲਈ ਵੀ ਇਹ ਜ਼ਰੂਰੀ ਹੈ ਕਿ ਜਿਵੇਂ ਸੂਟਾਂ ਦੇ ਕੜਾਈ ਕਰ ਲਈ ਕੋਈ ਆਰਟਵਰਕ ਬਣਾ ਲਿਆ ਪੇਂਟਿੰਗ ਕਰ ਲਈ ਇਹ ਕਾਰਜ ਹੋ ਸਕਦੇ ਆ ਡੌਗ ਟ੍ਰੇਨਰ ਦਾ ਕਿੱਤਾ ਬਹੁਤ ਮਹੱਤਵਪੂਰਨ ਹੈ ਕੁੱਤਿਆਂ ਨੂੰ ਸਿਖਲਾਈ ਦੇਣੀ ਅੱਜਕੱਲ ਬਹੁਤ ਚਰਚਾ ਦੇ ਵਿੱਚ ਹੈ ਤੇ ਅੱਜਕੱਲ ਕਿਉਂਕਿ ਲੋਕ ਕਮਿਊਨਿਟੀ ਸੋਰਸ ਜਿਵੇਂ ਬੱਸਾਂ ਵਗੈਰਾ ਦੀ ਵਰਤੋਂ ਘੱਟ ਕਰਦੇ ਨੇ ਤਾਂ ਨਿੱਜੀ ਤੌਰ ਤੇ ਕੋਈ ਡਰਾਈਵਰ ਰੱਖਣ ਦੀ ਲੋੜ ਪੈ ਸਕਦੀ ਹੈ ਜਾਂ ਆਪਣੀ ਗੱਡੀ ਪਾ ਕੇ ਵੀ ਇਹ ਕੰਮ ਕੀਤਾ ਜਾ ਸਕਦਾ ਹੈ ਡਰਾਈਵਰ ਦੀ ਬੜੀ ਡਿਮਾਂਡ ਹਰ ਸ਼ੌਫਤੈ ਨਸੀਬ ਤਿੰਨਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ ਸੋ ਉਮੀਦ ਹੈ ਕਿ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਇਸ ਮੁਸ਼ਕਿਲ ਦੌਰ ਦੇ ਵਿੱਚੋਂ ਵੀ ਕਾਮਯਾਬ ਹੋ ਕੇ ਨਿੱਤਰੋਗੇ ਫਿਰ ਮਿਲਦੇ ਆ ਬਹੁਤ ਜਲਦੀ ਸੋ ਮੈਂ ਵੀ ਕੁਝ ਇਸ ਤਰ੍ਹਾਂ ਦੇ ਚੀਜ਼ਾਂ ਵਸਤਾ ਨਮੂਨੇ ਪੇਸ਼ ਕਰੂੰਗੀ ਜਿਹੜੇ ਕਿ ਬੇਕਾਰ ਤੋਂ ਬਿਹਤਰ ਬਣੇ ਆ ਜਾਂ ਫਿਰ ਕਿਸੇ ਨੇ ਵੀ ਆਪਣੇ ਦਿਮਾਗ ਨਾਲ ਸੋਚ ਕੇ ਮੌਕੇ ਮੁਤਾਬਕ ਕੁਝ ਨਵਾਂ ਵਧੀਆ ਤਿਆਰ ਕੀਤਾ ਤੁਸੀਂ ਵੀ ਕੋਈ ਅੱਛੀ ਚੀਜ਼ ਬਣਾਉਨੇ ਹੋ ਤਾਂ ਜ਼ਰੂਰ ਭੇਜੋ ਅਸੀਂ ਤੁਹਾਡੀ ਉਸ ਬਨਗੀ ਨੂੰ ਕਲਾਕ੍ਰਿਤ ਨੂੰ ਵੀ ਜ਼ਰੂਰ ਸ਼ੇਅਰ ਕਰਾਂਗੇ ਤੋ ਆਪਣੀਆਂ ਲਿਖਾਈਆਂ ਸੋਹਣੀਆਂ ਬਣਾ ਲਓ ਉਹਦੇ ਨਾਲ ਜਗ੍ਹਾ ਜਗ੍ਹਾ ਤੇ ਜਿਹੜਾ ਸਕੂਲਾਂ ਚ ਬਾਲਾ ਵਰਕ ਹੋ ਰਿਹਾ ਤੁਸੀਂ ਉਹਦੇ ਵਿੱਚ ਸੋਹਣੀਆਂ ਸੋਹਣੀਆਂ ਪੇਂਟਿੰਗ ਸੋਹਣੇ ਅੱਖਰਾਂ ਨਾਲ ਲਿਖ ਕੇ ਦੀਵਾਰਾਂ ਨੂੰ ਸ਼ਿੰਗਾਰ ਸਕਦੇ ਹੋ ਆਪਣੀ ਆਰਥਿਕਤਾ ਨੂੰ ਸਹੀ ਬਣਾ ਸਕਦੇ ਹੋ ਕਮਾਈ ਵੀ ਚੌਕੀ ਹੋਏਗੀ ਇਸੇ ਤਰ੍ਹਾਂ ਕੋਈ ਵੀ ਕੰਮ ਆਪਣੇ ਘਰ ਦੇ ਵਿੱਚ ਰਹਿ ਕੇ ਉਹ ਕਰ ਲਓ ਕੋਈ ਰੰਗ ਰੋਗਨ ਦਾ ਕੁਛ ਸਿਉਣਾ ਬੁਣਨਾ ਕੁਝ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੇ ਹੁਨਰ ਨੇ ਸਾਡੀਆਂ ਸਕਿੱਲਸ ਨੇ ਉਹਨਾਂ ਦੇ ਵਿੱਚ ਮਾਹਰ ਬਣੋ ਸੋ ਜ਼ਰੂਰ ਕਾਮਯਾਬ ਹੋਵੋਗੇ ਫਿਰ ਮਿਲਦੇ ਆ ਬਹੁਤ ਜਲਦੀ